ਬਠਿੰਡਾ ਦੇ ਰਾਮਪੁਰਾ ਫੂਲ ਨੇੜੇ ਪੈਂਦੇ ਪਿੰਡ ਦੁੱਲੇਵਾਲਾ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ ਹੋਣ ਦੀ ਘਟਨਾ ਸਾਹਮਣੇ ਆਈ ਹੈ, ਜਿੱਥੇ ਸ਼ਰਾਰਤੀ ਅਨਸਰਾਂ ਵੱਲੋਂ ਪੋਥੀ ਸਾਹਿਬ ਦੇ ਅੰਗ ਪਾੜ ਕੇ ਰਾਤ ਦੇ ਸਮੇਂ ਤਿੰਨ ਥਾਵਾਂ 'ਤੇ ਕੱਚੀ ਸੜਕ 'ਤੇ ਸਕੂਲ ਕੋਲ ਖਿਲਾਰੇ ਗਏ। ਇਸ ਮੌਕੇ 'ਤੇ SSP ਬਠਿੰਡਾ, DSP ਫੂਲ ਅਤੇ SHO ਫੂਲ ਭਾਰੀ ਪੁਲਿਸ ਫੋਰਸ ਸਮੇਤ ਪਹੁੰਚੇ ਅਤੇ ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਿਸੇ ਸ਼ਰਾਰਤੀ ਅਨਸਰ ਦਾ ਕੰਮ ਲੱਗਦਾ ਹੈ, ਜਿਸ ਦਾ ਮਕਸਦ ਮਾਹੌਲ ਖਰਾਬ ਕਰਨਾ ਅਤੇ ਭਾਈਚਾਰਕ ਸਾਂਝ ਨੂੰ ਲਾਂਬੂ ਲਾਉਣਾ ਹੈ। ਬਠਿੰਡਾ ਤੋਂ ਅਵਿਨਾਸ਼ ਮੌੜ ਦੀ ਰਿਪੋਰਟ। ਉਮੀਦ ਦੀ ਆਖਰੀ ਕਿਰਨ, ਮੀਆਂ ਰਹਿਮਤ ਅਲੀ, ਵਸ਼ੀਕਰਨ ਸਪੈਸ਼ਲਿਸਟ। ਹਰ ਜਗ੍ਹਾ ਤੋਂ ਨਿਰਾਸ਼ ਲੋਕ ਇੱਕ ਵਾਰ ਜ਼ਰੂਰ ਫੋਨ ਕਰੋ। ਸਪੈਸ਼ਲਿਸਟ ਲਵ ਮੈਰਿਜ ਲੋਟਰੀ ਨੰਬਰ, ਪਤੀ ਪਤਨੀ ਚ ਅਨਵਨ, ਮਨ ਚਾਹਾ ਪਿਆਰ, ਸੱਸ ਨੂੰ ਦਾ ਕਲੇਸ਼, ਨੌਕਰੀ ਕਾਰੋਬਾਰ ਚ ਘਾਟਾ, ਕੋਰਟ ਕਚਹਿਰੀ, ਕਰਜ਼ੇ ਤੋਂ ਛੁਟਕਾਰਾ, ਕਿੱਤਾ ਕਰਾਇਆ, ਸ਼ੋਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ, PR ਲਈ ਸੰਪਰਕ ਕਰੋ। ਵਰਲਡ ਫੇਮਸ ਮੀਆਂ ਰਹਿਮਤ ਅਲੀ, ਮੋਬਾਈਲ ਨੰਬਰ +91 7872 4565।